ਖਰਚੇ ਪੂਰੇ ਹੋ ਜਾਣੇ ਜਾਂ ਕੋਈ ਹੋਰ ਮੱਲੇ ਪੈਣ ਲੱਗ ਗਿਆ ਫਿਰ ਢਾਬਾ ਐਨ ਆਰ ਆਈ ਬੰਦੇ ਦਾ ਸੀ ਉਹ ਉਹ ਬਾਹਰ ਸੀ ਬੰਦਾ ਉਹ ਲੀਜ਼ ਤੇ ਲਿਆ ਹੋਇਆ ਸਾਡੇ ਦੋਸਤਾਂ ਨੇ ਉਹਦੀ ਇੱਕ ਦੋ ਵਾਰੀ ਸਨੇਹ ਆਏ ਵੀ ਇਹਨਾਂ ਨੇ ਮੇਰਾ ਢਾਬਾ ਦੱਬਣ ਕਰਕੇ ਇਹਨਾਂ ਦਾ ਸਿਸਟਮ ਬਣਾ ਰਿਆ ਹੈ ਵੀ ਇਹਨਾਂ ਨੇ ਦੱਬਣਾ ਕਿਉਂਕਿ ਸਾਡੀ ਐਵੇਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਸੋਚ ਵੀ ਸੀਗੀ ਕਿ ਤਨਾ ਕਿਤੇ ਵੀ ਆਪਾਂ ਛੱਡਣਾ ਨਹੀਂ ਹੋਣ ਇਹ ਕਿ ਐਨ ਆਰ ਆਈ ਦਾ ਦੱਬ ਲਾਂਗੇ ਕਿਉਂਕਿ ਅਸੀਂ ਐਵੇਂ ਝੂਠ ਮਾਰੀਏ ਵੀ ਅਸੀਂ ਬਹੁਤ ਸਾਥ ਸੀ ਬੰਦੇ ਹਨ ਤੇ ਪਰ ਜਦੋਂ 16 17 ਬੰਦਿਆਂ ਦੀ ਗੱਲ ਸੀ ਜਦੋਂ ਸਾਡੇ ਆਸ-ਪਾਸ ਸਾਡੇ ਨਾਲ ਦੇ ਵੀ ਇਦਾਂ ਦੀਆਂ ਗੱਲਾਂ ਕਰਨ ਲੱਗ ਗਏ ਤਾਂ ਮੇਰੇ ਮਨ ਦੀ ਇਹ ਭਾਵਨਾ ਸੀ ਮੈਂ ਕਿਹਾ ਵੀ ਨਹੀਂ ਆਪਾਂ ਐਡੀ ਤਗਾ ਨਹੀਂ ਕਰਨੀ ਹੁਣ ਵੀ ਜੇ ਮਹਾਰਾਜ ਨੇ ਆਪਸੇ ਲਾਇਆ ਉਹ ਤੋਂ ਪਹਿਲਾਂ ਇੱਕ ਘਟਨਾ ਸਾਡੇ ਵਾਪਰ ਗਈ ਸੀਗੀ ਉਹ ਮੈਂ ਪਹਿਲਾ ਬੰਦਾ ਜਿਹੜਾ ਸੀ ਘਰੇ ਭੇਜਿਆ ਸੀ ਜਿਹਦਾ ਘਰ ਲੱਭਿਆ ਸੀ ਉਹ ਸੀਗਾ ਜੀ ਮੱਖਣ ਸਿੰਘ ਨਾ ਸੀ ਫਗਵਾੜੇ ਦਾ ਰਹਿਣ ਵਾਲਾ ਸੀ ਬੰਦਾ ਉਹ ਸਾਨੂੰ ਮਿਲਿਆ ਸੜਕ ਤੇ ਜਾਂਦਾ ਸੁੱਕਿਆ ਹੱਡੀਆਂ ਦਾ ਪਿੰਜਰ ਕਾਲੇ ਰੰਗ ਦਾ ਵਿਚਾਰਾ ਹੋਇਆ ਹੋਇਆ ਉਹਨੂੰ ਅਸੀਂ ਲਿਆਏ ਨਿਮਾ ਕੇ ਉਹਦੀਆਂ ਫੋਟੋਆਂ ਪਾਉਂ ਜਿਵੇਂ ਪਾਉਂਦੇ ਸੀ ਅੱਗੇ ਸਾਰਿਆਂ ਦੀ ਓਵੇਂ ਪਾਤੀਆਂ ਤਾਂ ਸਾਨੂੰ ਇੱਕ ਬੰਦੇ ਦਾ ਫੋਨ ਆਇਆ ਬਾਹਰੋਂ ਕਹਿੰਦਾ ਬਾਈ ਇਹ ਮੇਰੇ ਪਿੰਡ ਦਾ ਬੰਦਾ ਵੀ ਇਹ ਵਧੀਆ ਘਰ ਚੋਂ ਆ ਵੀ ਇਹਦੇ ਹਾਲਾਤ ਬਹੁਤ ਮਾੜੇ ਸੀ ਪਰ ਅੱਜ ਦਾ ਘਰ ਵਧੀਆ ਉਹਨੇ ਘਰੋਂ ਨੰਬਰ ਦਿੱਤਾ ਸੀ ਘਰੇ ਗੱਲ ਕੀਤੀ ਉਹਦੀ ਬੇਟੀ ਨੇ ਗੱਲ ਕੀਤੀ ਕਹਿੰਦੀ ਵੀਰੇ ਵੀ ਇਹ ਬਾਪੂ ਸਾਡਾ 3.5 ਸਾਲ ਪਹਿਲਾਂ ਘਰੋਂ ਗਿਆ ਸੀ ਡਾਕਟਰ ਦੇ ਦਵਾਈ ਲੈਣ ਗਿਆ ਸੀ ਡਾਕਟਰ ਨੇ ਇਹਨੂੰ ਦੱਸਿਆ ਗਿਆ ਇਹਨੂੰ ਵੀ ਤੈਨੂੰ ਟੀਵੀ ਦੀ ਬਿਮਾਰੀ ਆ ਵੀ ਜੇ ਤੂੰ ਆਪਣੇ ਬੱਚਿਆਂ ਕੋਲੇ ਪਵੇਂਗਾ ਬੱਚਿਆਂ ਨੂੰ ਵੀ ਹੋ ਜਾਊ ਵੀ ਅੱਡ ਕਮਰੇ 'ਚ ਪੈਣਾ ਤੂੰ ਵੀ ਸਾਡੇ ਘਰੇ ਕਮਰਾ ਇੱਕੋ ਹੀ ਸੀ ਉਈ ਸਾਡਾ ਬਾਪੂ ਮੁੜ ਕੇ ਘਰੇ ਨਹੀਂ ਆਇਆ ਤਾਂ ਨਹੀਂ ਛੱਡਦਾ ਡਾਕਟਰ ਤੋਂ ਅਸੀਂ ਜਾ ਕੇ ਪੁੱਛਿਆ ਡਾਕਟਰ ਨੇ ਦੱਸਿਆ ਵੀ ਮੈਂ ਉਹਨੂੰ ਆਹ ਗੱਲ ਕਹੀ ਸੀ ਵੀ ਮੇਰੀ ਭੈਣ ਨੇ ਬਾਹਰ ਜਾਣਾ ਸੀ ਕੈਨੇਡਾ ਦਾ ਉਹਦਾ ਕੇਸ ਲੱਗਿਆ ਹੋਇਆ ਸੀ ਪੜ੍ਹਾਈ ਦਾ ਵੀ ਉਹ ਬਾਹਰ ਚਲੇਗੀ ਅਸੀਂ ਕਮਰੇ ਵੀ ਪਾ ਲਏ ਸਾਢੇ 3 ਸਾਲਾਂ ਚ ਪਰ ਅੱਜ ਸਾਡਾ ਬਾਪੂ ਤੁਹਾਡੀ ਫੋਟੋ 'ਚ ਦੇਖਿਆ ਕਿੱਥੇ ਆ ਸਾਡਾ ਬਾਪੂ ਅਸੀਂ ਕਹਿੰਦੇ ਬਾਪੂ ਇੱਥੇ ਹੀ ਆ ਤੁਹਾਡਾ ਤੁਸੀਂ ਆ ਜਾਓ ਉਹ ਬਾਈ ਜੀ 2016 ਦਾ ਅਗਸਤ ਦਾ ਮਹੀਨਾ ਸੀ 9 ਅਗਸਤ ਨੂੰ ਮੇਰਾ ਵਰਤਾ 8 ਅਗਸਤ ਦੀ ਗੱਲ ਸੀ ਬਾਈ ਜੀ ਉਹਨਾਂ ਦਾ ਪਰਿਵਾਰ ਟੈਂਪੂ ਪਰ ਕੇ ਆਇਆ ਜਿਹਦੇ ਚ ਉਹਦੀ ਵਾਈਫ ਸੀ ਉਹਦੇ ਬੇਟਾ ਸੀ ਉਹਦੀ ਬੇਟੀ ਸੀ ਇੱਕ ਉਹਦੀ ਮਾਂ ਸੀ ਉਹਦੀ ਭੈਣ ਸੀ ਉਹਦੀ ਸੱਸ ਸੀ ਉਹਨਾਂ ਨੇ ਇੰਨਾ ਧੰਨਵਾਦ ਕੀਤਾ ਮੇਰੇ ਪੈਰੀਂ ਹੱਥ ਲਾਉਣ ਯਾਨੀ ਕਿ ਉਹਨਾਂ ਦਾ ਲੱਭਿਆ ਹੋਇਆ ਇੱਕ ਮਾਂ ਦਾ ਪੁੱਤ ਮਿਲ ਗਿਆ ਸਿਰ ਦਾ ਸਾਈਂ ਮਿਲ ਗਿਆ ਬੱਚਿਆਂ ਨੂੰ ਬਾਪ ਮਿਲ ਗਿਆ ਭੈਣ ਨੂੰ ਭਰਾ ਮਿਲ ਗਿਆ ਤਾਂ ਮੈਨੂੰ ਫੀਲ ਹੋਇਆ ਮੈਂ ਉਸ ਰਾਤ ਨੂੰ ਆ ਕੇ ਆਪਣੀ ਮਾਂ ਨਾਲ ਵੀ ਉਹ ਗੱਲ ਸਾਂਝੀ ਕੀਤੀ ਮਾ ਕਾ ਮਾ ਮੇਰਾ ਜਨਮ ਦਿਨ ਆ ਰਾਤ ਨੂੰ 12 ਵਜੇ ਕੇਕ ਕੱਟਦੇ ਬੱਚਿਆਂ ਨਾਲ ਕੇਕ ਕੱਟਣਾ ਸੀ ਮੈਂ ਰਾਤ ਨੂੰ 10 ਵਜੇ ਉਤੋਂ ਫੇਲਾ ਹੋ ਕੇ ਘਰੇ ਪਹੁੰਚਿਆ ਮਾ ਕਾ ਮੈਨੂੰ ਐਂ ਲੱਗਦਾ ਮਾ ਵੀ ਅੱਜ ਜਨਮ ਮੇਰਾ ਅੱਜ ਹੋਇਆ ਵੀ ਅੱਜ ਮੈਂ ਕੁਝ ਚੰਗਾ ਕਰਕੇ ਆਇਆ ਮੈਨੂੰ ਐਂ ਲੱਗਦਾ ਵੀ ਇੱਕ ਮਾਂ ਨੂੰ ਉਹਦਾ ਪੁੱਤ ਮਿਲਾਇਆ ਬੱਚਿਆਂ ਨੂੰ ਬਾਪ ਮਿਲਾਇਆ ਉਹ ਜ਼ਿੰਦਗੀ 'ਚ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਬਸ ਤੋਂ ਉਹ ਉਸ ਤੋਂ ਬਾਅਦ ਲੱਗਿਆ ਕਿ ਹੁਣ ਆਹੀ ਕੰਮ ਕਰਨਾ ਫੇਰ ਨਹੀਂ ਜੀ ਮੈਂ ਪਿੱਛੇ ਮੁੜ ਕੇ ਮੇਰੇ ਨਾਲ ਦੇ ਮਜ਼ਾਕ ਵੀ ਕਰਦੇ ਰਹੇ ਮੈਨੂੰ ਕਹਿੰਦੇ ਵੀਰੇ ਤੂੰ ਕੀ ਕਮਣੀਆਂ ਮਾਰੀ ਜਾਂਦਾ ਕਿਉਂਕਿ ਅਸੀਂ ਰਹਿਣ ਵਾਲੇ ਸੀਗੇ ਜੀ ਮੰਨ ਲਓ ਲੁਧਿਆਣੇ ਸਾਡੇ ਉੱਥੇ ਵੱਡੀ ਬੁੱਡ ਹਾਸ ਜਿਮ ਬਣੀ ਹੋਈ ਸੀ ਉਹ ਜੁਆਇਨ ਕੀਤੀ ਹੋਈ ਸੀ ਕਿਤੇ ਵਧੀਆ ਯਾਨੀ ਕਿ ਸਿਸਟਮ ਦੇ ਵਿੱਚ ਰਹਿੰਦੇ ਦਫ਼ਤਰ ਸੀ ਸਾਡਾ ਰਾਜਗੁਰੂ ਨਗਰ ਲੁਧਿਆਣੇ ਮੇਨ ਮਾਰਕੀਟ ਦੇ ਵਿੱਚ ਤੁਸੀਂ ਰੀਅਲ ਏਸਟੇਟ ਦਾ ਕੰਮ ਵੀ ਕਰਦੇ ਸੀ ਜੀ ਫਿਰ ਜਦੋਂ ਇੱਕਦਮ ਇਸ ਪਾਸੇ ਨੂੰ ਗਏ ਡਾਈਪਰ ਬਦਲਣ ਲੱਗੇ ਵਲਟਾਂ ਚੱਕਣ ਲੱਗੇ ਜਾਖਮ ਸਾਫ਼ ਕਰਨ ਲੱਗੇ ਪਰ ਇੱਕ ਮੇਰਾ ਭਰਾ ਜਿਹੜਾ ਅੱਜ ਦੁਨੀਆ ਤੇ ਨਹੀਂ ਮੈਂ ਤੁਹਾਨੂੰ ਦੱਸਿਆ ਉਹਨੇ ਬਹੁਤ ਸਪੋਰਟ ਕੀਤੀ ਵੀਰਿੰਦਰ ਸਿੰਘ ਗਰੇਵਾਲ ਨੇ ਜਦੋਂ ਟਾਬੇ ਤੋਂ ਵੀ ਸਾਨੂੰ ਲੱਗਿਆ ਵੀ ਹੁਣ ਜਾਣਾ ਪੈਣਾ ਅਸੀਂ ਉਹਦੇ ਖੇਤ ਲੈ ਗਏ ਚੱਕ ਕੇ ਬੰਦਿਆਂ ਨੂੰ 16 ਬੰਦੇ ਸੀ ਉਹਦੀ ਮੋਟਰ ਤੇ ਜਾ ਕੇ ਰੱਖ ਲੈ ਤੰਬੂ ਲਾ ਲੈ ਟੈਂਟ ਲਾ ਲੈ ਉੱਥੇ ਅਸੀਂ ਕਰੀਬ 1.5 ਸਾਲ ਰਹੇ ਜੀ 2016 ਦੇ ਨਵੰਬਰ ਚ ਅਸੀਂ ਗਏ ਸੀ 2017 ਦੇ ਮਾਰਚ ਦੇ ਵਿੱਚ ਉਹਦੀ ਕਾਰ ਐਕਸੀਡੈਂਟ ਤੇ ਡੈਥ ਹੋ ਗਈ ਵੀ ਕਿ ਸਾਨੂੰ ਉਹਦੇ ਖੇਰ ਚੋਂ ਵੀ ਉੱਠਣਾ ਪਿਆ ਫਿਰ ਅਸੀਂ ਆਪਣੇ ਖੇਤ ਦੇ ਵਿੱਚ ਮਨੁੱਖਤਾ ਦੀ ਸੇਵਾ ਸੁਪਨਿਆਂ ਦਾ ਘਰ ਹਸਨਪੁਰ ਪਿੰਡ ਬਣਿਆ ਅੱਜ ਫਿਰ ਉੱਥੇ ਮੇਰੇ ਦੋ ਛੋਟੇ ਭਰਾ ਬਾਹਰ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਜਿਹੜੀ ਮੇਰੇ ਹਿੱਸੇ ਦੀ ਜਗ੍ਹਾ ਵਾ ਮੈਨੂੰ ਤੁਸੀਂ ਇੱਕ ਪਾਸੇ ਛੱਡ ਦਿਓ ਵੀ ਮੈਂ ਉਹਦੇ ਚ ਸੁਪਨੇ ਘਰ ਬਣਾਉਣਾ ਤਾਂ ਉਹਨਾਂ ਨੇ ਬਹੁਤ ਸਪੋਰਟ ਕੀਤੀ ਉਹ ਕਹਿੰਦੇ ਵੀ ਜਿਹੜੀ ਸਾਡੀ ਜਗ੍ਹਾ ਵਿੱਚ ਦੋ ਦੋ ਤਿੰਨ ਤਿੰਨ ਕਨਾਲਾਂ ਆਸੀਂ ਕਿੱਥੇ ਲੈ ਕੇ ਜਾਣੀ ਆ ਵੀ ਅਸੀਂ ਜੇ ਲੈ ਵੀ ਜਾਵਾਂਗੇ ਇੱਥੇ ਬਾਹਲੇ ਮੁਲਕ ਆ ਕੇ ਉਹਦਾ ਕੀ ਬੱਟੀ ਦਾ ਵੀ ਤੂੰ ਸਾਰੀ ਹੀ ਰੱਖ ਲੈ ਕੁਈ ਨਾ ਸਿੰਘ ਉਹ ਕਰੀਬ ਡੇਢ ਕਿਲਾ ਜ਼ਮੀਨ ਸੀ ਜੀ ਉਹਦਾ 99 ਸਾਲਾ ਪਟਾ ਨੁਕਤਾ ਦੀ ਸੇਵਾ ਦੇ ਨਾਂ ਤੇ ਰਜਿਸਟਰੀ ਕਰਾ ਕੇ ਫਿਰ ਉਹਦੇ ਚ ਅਸੀਂ 2018 ਚ ਤੁਹਾਡੇ ਪਿੰਡ ਦੇ ਵਿੱਚ ਬਣਿਆ ਹੋਇਆ ਤੁਹਾਡੀ ਆਪਣੀ ਜ਼ਮੀਨ ਮੈਂ ਥੋੜਾ ਜਿਹਾ ਹੋਰ ਬਾਕੀ ਮੈਂ ਆਪਣੇ ਜਿਹੜੇ ਨਿਊਜ਼ ਰੂਮ ਦੇ ਸਾਥੀ ਨੇ ਉਹਨਾਂ ਤੋਂ ਸਵਾਲ ਲਵਾਂਗਾ ਥੋੜਾ ਜਿਹਾ ਆਪਣਾ ਪਿਛੋਕੜ ਦੱਸ ਦੋ ਕਿ ਤੁਸੀਂ ਥੋੜਾ ਜਿਹਾ ਦੱਸਿਆ ਵੀ ਹੈ ਫਾਈਨੈਂਸ਼ੀਅਲੀ ਕਿਸ ਤਰੀਕੇ ਦਾ ਪਰਿਵਾਰ ਰਿਹਾ ਤੁਹਾਡਾ ਬਚਪਨ ਕਿਸ ਤਰੀਕੇ ਦਾ ਰਿਹਾ ਤੁਹਾਡੀ ਸਟੱਡੀ ਕਿਸ ਤਰੀਕੇ ਨਾਲ ਰਹੀ ਹੈ ਲੋਕ ਵੀ ਜਾਨਣਾ ਚਾਹੁੰਦੇ ਨੇ ਮੈਂ ਉਸ ਤੋਂ ਵੀ ਵੱਡਾ ਸਵਾਲ ਪੁੱਛਾਂ ਤੁਸੀਂ ਆਪਣੇ ਫਾਦਰ ਬਾਰੇ ਦੱਸ ਹੀ ਦਿੱਤਾ ਅ ਤੁਹਾਡੇ ਮਦਰ ਤੁਹਾਡੇ ਨਾਲ ਰਹਿੰਦੇ ਆ ਉਹ ਵੀ ਲੋਕ ਜਾਨਣਾ ਚਾਹੁੰਦੇ ਹੋਣਗੇ ਕਿ ਆਮ ਤੌਰ ਤੇ ਹੁੰਦਾ ਹੈ ਕਿ ਤੁਸੀਂ ਕਿਸੇ ਜਗ੍ਹਾ ਜਾ ਕੇ ਸੇਵਾ ਕਰ ਲੈਣੇ ਹੋ ਪਰ ਤੁਹਾਡੇ ਤੋਂ ਕਰਸੇ ਵਾਣੀ ਹੁੰਦੀ ਇਹ ਬਹੁਤ ਲੋਕਾਂ ਦੇ ਜ਼ਹਿਨ ਦੇ ਵਿੱਚ ਹੁੰਦਾ ਥੋੜਾ ਜਿਹਾ ਉਹਦੇ ਬਾਰੇ ਜਾਣਨਾ ਪਾਓ ਕਿ ਜਿਸ ਜਿਸ ਸ਼ਖਸ ਨੂੰ ਅੱਜ ਕਿਹਾ ਜਾ ਰਿਹਾ ਹੈ ਕਿ ਉਹ ਹਰ ਕਿਸ ਦੀ ਸੇਵਾ ਕਰ ਲੈਂਦਾ ਕੋਈ ਵੀ ਬਿਮਾਰ ਹੋਵੇ ਕਿਸੇ ਵੀ ਸਥਿਤੀ ਦੇ ਵਿੱਚ ਹੋਵੇ ਉਹਨੇ ਆਪਣਾ ਟੱਬਰ ਸੰਭਾਲ ਲਿਆ ਜੀ ਮੇਰਾ ਜੀ ਵੈਗੁਰੂ ਜੀ ਦੀ ਕਿਰਪਾ ਨਾਲ ਮੈਂ ਨਾ ਅਸੀਂ ਤਿੰਨ ਭਰਾ ਸੀ ਹੂੰ ਡੇਢ ਕਿੱਲਾ ਜ਼ਮੀਨ ਸੀ ਸਾਡੇ ਕੋਲੇ ਸਾਡਾ ਫਾਦਰ ਸਾਹਿਬ ਫੌਜ ਚ ਰਿਟਾਇਰ ਸੀਗੇ ਹੂੰ ਅਸੀਂ ਤਿੰਨਾਂ ਨੂੰ ਮਾਂ ਪਾਲ ਨਹੀਂ ਸਕਦੇ ਸੀ ਮੈਨੂੰ ਨਾਨਕਿਆ ਨੇ ਰੱਖ ਲਿਆ ਸੀ ਮੇਰੇ ਮਾਮਾ ਜੀ ਨੇ ਮੇਰੇ ਮਾਮਾ ਜੀ 1985 86 ਦੇ ਵਿੱਚ ਪੋਲੀਟੀਕਲ ਲੀਡਰ ਸੀ ਸ਼ੋਮਨੀ ਕਮੇਟੀ ਐ ਜੀ ਪੀ ਸੀ ਦੇ ਅੰਤਰਿਕ ਕਮੇਟੀ ਦੇ ਮੈਂਬਰ ਸੀਗੇ ਐ ਜੀ ਪੀ ਸੀ ਮੈਂਬਰ ਸੀ ਜਗਰਾਉਂ ਤੋਂ ਹਰਜਿੰਦਰ ਸਿੰਘ ਚੇਅਰਮੈਨ ਉਹਨਾਂ ਦੀ ਡੈਥ ਹੋ ਗਈ ਸੀਗੀ 89 ਦੇ ਵਿੱਚ ਮੈਂ ਉਸ ਘਰ ਚ ਪਲਿਆ ਜਿੱਥੇ ਸਾਰਾ ਕੁਝ ਸੀ ਜੀ ਵੱਡੀ ਕੋਠੀ ਸਭ ਕੁਝ ਕਾਰਾਂ ਤੇ ਟੈਲੀਫੋਨ ਸੀ ਨਹੀਂ ਤੁਹਾਡੇ ਘਰ ਸੀ ਮਾਮੇ ਵਾਲੇ ਨਾਲ ਕਿਉਂਕਿ ਮੈਂ ਉੱਥੇ ਜੰਮਿਆ ਸੀ ਮੈਨੂੰ ਉਹਨਾਂ ਨੇ ਅਡਾਪਟ ਕਰ ਲਈ ਰੱਖ ਲਿਆ ਸੀਗੇ ਦੋ ਪੁੱਤ ਮੇਰੇ ਛੋਟੇ ਭਰਾ ਦੋਨੇ ਮੰਮੀ ਪਾਪਾ ਕੋਲੇ ਸੀ ਮੈਂ ਨਾਨਕੀ ਸੀਗਾ ਜੀ ਮੈਂ ਉੱਥੇ ਹੀ ਪਲਿਆ ਉੱਥੇ ਹੀ ਪੜਿਆ ਕੋਠੇ ਰਾਣਾ ਚ ਗਰਾਉ ਨਾਨਕੇ ਆ ਮੇਰੇ